ਕਿ ਘਰਾਂ ਦੇ ਅੰਦਰ ਕਈ ਵਾਰੀ ਹੁੰਦਾ ਕਿ ਘਰਾਂ ਦੇ ਅੰਦਰ ਨਾ ਕੀੜੀਆਂ ਹੁੰਦੀਆਂ ਨੇ, ਚੂੰਟੀਆਂ, ਕੀੜੇ ਜਾਂ ਕੀੜੀਆਂ। ਇਹਦੇ ਬਾਰੇ ਵੀ ਉਲਾਮਾ ਨੇ ਫਰਮਾਇਆ ਕਿ ਜਿਸ ਘਰ ਦੇ ਅੰਦਰ ਕੀੜੀਆਂ ਹੋਣ ਜਾਂ ਕੀੜੇ ਹੋਣ, ਇਹ ਛੋਟੇ ਛੋਟੇ ਕਾਲੇ ਕੀੜੇ ਹੁੰਦੇ ਨੇ ਜਾਂ ਕੀੜੀਆਂ, ਇਹ ਬਰਕਤ ਦੀ ਅਲਾਮਤ ਲੈ ਕੇ ਆਉਂਦੀਆਂ ਨੇ। ਬਰੀਕ ਗੱਲ ਹੈ, ਇਹਨਾਂ ਨੂੰ ਮਾਰਨਾ ਨਹੀਂ ਚਾਹੀਦਾ। ਕਈ ਵਾਰੀ ਬੰਦਾ ਕੀੜਿਆਂ ਨੂੰ ਮਾਰਨ ਲੱਗ ਪੈਂਦਾ ਜਾਂ ਚੂੰਟੀਆਂ ਨੂੰ ਮਾਰਨ ਲੱਗ ਪੈਂਦਾ। ਇਹ ਚੂੰਟੀ ਜਿਹੜੀ ਨਾ, ਚੂੰਟੀ ਇਹਨੂੰ ਆਮ ਚੀਜ਼ ਨਾ ਸਮਝੋ, ਜਿਹਨੂੰ ਅਸੀਂ ਕੀੜੀ ਆਨੇ ਆਪਣੀ ਜ਼ੁਬਾਨ 'ਚ। ਇਹ ਐਸੀ ਚੀਜ਼ ਹੈ ਕਿ ਜਿਸ ਦੇ ਨਾਂ 'ਤੇ ਪੂਰੀ ਸੂਰਤ ਉਤਰੀ ਹੈ। ਸੂਰਤ ਨਮਲ ਕੁਰਾਨ ਪਾਕ ਦੇ ਅੰਦਰ ਹੈ। ਉਹ ਹਜ਼ਰਤ ਸੁਲੇਮਾਨ ਅਲੈਹਿ ਸਲਾਮ ਦਾ ਵਾਕਿਆ ਤੁਹਾਨੂੰ ਪਤਾ ਕਿ ਕੀੜੀਆਂ ਰਸਤੇ ਦੇ ਵਿੱਚ ਸਨ। ਉਹਨਾਂ ਕਿਹਾ ਲਸ਼ਕਰ ਆ ਰਿਹਾ, ਆਪਣੀਆਂ ਸੁਰਾਖਾਂ 'ਚ ਚਲੇ ਜਾਓ। ਇਹ ਕੀੜੀ ਜਿਹੜੀ ਹੈ ਨਾ, ਇਹ ਬਰਕਤ ਹੈ, ਬੇਬਰਕਤੀ ਨਹੀਂ। ਅਗਰ ਕਿਸੇ ਦੇ ਘਰ ਆ ਜਾਏ ਤਾਂ ਉਹਨੂੰ ਚਾਹੀਦਾ ਕਿ ਇਹਦੀ ਜਨਾਬੇ ਵਾਲਾ ਖਿਦਮਤ ਕੀਤੀ ਜਾਏ। ਮੈਂ ਕਿਤਾਬ ਦੇ ਅੰਦਰ ਪੜ੍ਹਨ ਡਿਆ ਸਾਂ ਕਿ ਬਨੀ ਇਸਰਾਈਲ ਦੇ ਅੰਦਰ ਇੱਕ ਬੰਦਾ ਸੀ ਅਤੇ ਉਹਨੇ ਨਾ ਕੀੜੇ ਨਜ਼ਰ ਕੱਟਿਆ ਅਤੇ ਉਹਨੂੰ ਗੁੱਸਾ ਚੜਿਆ ਅਤੇ ਉਹ ਜਿੱਥੇ ਘਰ ਸੀ ਨਾ ਕੀੜੇ ਦਾ, ਜਿੱਥੇ ਬਿੱਲ ਸੀ, ਜਿੱਥੇ ਵਾਹ ਵਾਹ ਸਨ, ਕੋਈ 40-50 ਕੀੜੇ ਸਨ, ਉਹਨੇ ਸਾਰੇ ਘਰ ਨੂੰ ਹੀ ਅੱਗ ਲਾ ਛੱਡੀ ਕੀੜਿਆਂ ਦੇ ਨਾ, ਗੁੱਸੇ ਦੇ ਨਾਲ। ਉਸ ਬੰਦੇ ਨੇ ਸਾਰੇ ਕੀੜੇ ਸਾੜ ਛੱਡੇ। ਅੱਲਾਹ ਤਾਲਾ ਦੀ ਤਰਫ ਉਸ ਬੰਦੇ 'ਤੇ ਅਜ਼ਾਬ ਆ ਗਿਆ। ਕਿਉਂ? ਕਿ ਤੂੰ ਮੇਰੀ ਮਖਲੂਕ ਨਾਲ ਜ਼ਿਆਦਤੀ ਕੀਤੀ ਹੈ। ਕੀੜੀ ਕਿਹਦੀ ਮਖਲੂਕ ਹੈ ਜੀ? ਕੀੜਾ ਕਿਹਦਾ ਮਖਲੂਕ ਹੈ? ਅੱਲਾਹ ਦਾ ਮਖਲੂਕ ਹੈ ਨਾ, ਉਹਦੀ ਮਖਲੂਕ ਹੈ। ਉਹਨੂੰ ਰੋਟੀ ਪਾਓ, ਛੋਟੇ ਛੋਟੇ ਟੁਕੜੇ ਕਰਕੇ ਨਾ ਕੀੜਿਆਂ ਨੂੰ ਪਾਓ, ਵੇਖੋ ਤੁਹਾਡੇ ਘਰ ਵਿੱਚ ਬਰਕਤ ਕਿਵੇਂ ਆਉਂਦੀ ਹੈ। ਕੀੜੀਆਂ ਨੂੰ ਰੋਟੀ ਪਾਓ, ਪਰਿੰਦਿਆਂ ਨੂੰ। ਜਦੋਂ ਕੋਸ਼ਿਸ਼ ਕਰੋ ਕਿ ਪਹਿਲੀ ਰੋਟੀ ਜਦੋਂ ਘਰ ਵਿੱਚ ਪੱਕਦੀ ਹੈ ਨਾ, ਪਹਿਲੀ ਰੋਟੀ, ਇਹਨੂੰ ਪੱਕਾ ਮਾਮੂਲ ਬਣਾ ਲਓ, ਆਪਣੇ ਘਰ ਵੀ ਜਾ ਕੇ ਦੱਸੋ ਇਹਦਾ ਫਾਇਦਾ ਜੇ ਬੜਾ। ਮੈਂ ਤਾਂ ਅਜ਼ਮਾਇਆ ਨੁਸਖਾ ਤੁਹਾਨੂੰ ਦੱਸਣਾ ਪਿਆ। ਜਦੋਂ ਪਹਿਲੀ ਰੋਟੀ ਘਰ ਵਿੱਚ ਪੱਕੇ, ਉਹਦੇ 'ਤੇ ਕੋਈ ਸੂਰਤ ਪੜ੍ਹ ਕੇ ਅਗਰ ਕੋਈ ਆਉਂਦੀ ਪੜ੍ਹ ਲਓ, ਨਹੀਂ ਵੀ ਆਉਂਦੀ ਨਾ, ਉਹ ਛੋਟੇ ਛੋਟੇ ਟੁਕੜੇ ਕਰਕੇ ਨਾ ਅਤੇ ਛੱਤ ਦੇ ਉੱਤੇ ਅੱਛੇ ਤਰੀਕੇ ਨਾਲ ਸੁੱਟਣੇ ਨੇ, ਇੱਕ ਪਰਿੰਦੇ ਆ ਕੇ ਖਾਣ। ਕੀ ਕਰਨ? ਪਰਿੰਦੇ ਆ ਕੇ ਉਹ ਰੋਟੀ ਖਾਣ। ਪਹਿਲੀ ਰੋਟੀ ਆਪਣੀ ਬੀਵੀ ਨੂੰ, ਆਪਣੀ ਬੇਟੀਆਂ ਨੂੰ ਇਹ ਲਾਜ਼ਮੀ ਇਹ ਨੁਸਖਾ ਦੱਸੋ, ਕੱਲ੍ਹ ਨੂੰ ਅਗਲੇ ਘਰ ਵੀ ਜਾਣ ਤੋਂ ਉਹਨਾਂ ਦੀ ਆਦਤ ਬਣ ਜਾਏ ਕਿ ਪਹਿਲੀ ਰੋਟੀ ਦੇ ਟੁਕੜੇ ਕਰਕੇ ਨਾ ਛੋਟੇ ਛੋਟੇ ਉਹ ਆਪਣੇ ਛੱਤ 'ਤੇ ਕਿਸੇ ਮਹਿਫੂਜ਼ ਜਗ੍ਹਾ 'ਤੇ, ਐਵੇਂ ਨਹੀਂ ਸੁੱਟਣੇ, ਕਿਸੇ ਅੱਛੀ ਜਗ੍ਹਾ 'ਤੇ ਮਹਿਫੂਜ਼ ਜਗ੍ਹਾ 'ਤੇ ਉਹ ਤੁਸੀਂ ਰੱਖਣੇ ਨੇ। ਉਹ ਇਨਸ਼ਾਲਾ ਪਰਿੰਦੇ ਆਉਣਗੇ, ਕਾਂ ਆਉਣ, ਲਾਲੜੀਆਂ ਆਉਣ, ਕੋਈ ਵੀ ਪਰਿੰਦਾ ਆਵੇ ਉਹ ਖਾਏਗਾ ਅਤੇ ਤੁਹਾਡੇ ਘਰ ਵਿੱਚ ਬਰਕਤ ਪਵੇਗੀ, ਤੁਹਾਡੇ ਰਿਜ਼ਕ ਦੇ ਅੰਦਰ ਬਰਕਤ ਪਵੇਗੀ। ਕਿਉਂ? ਜਿਸ ਘਰ ਵਿੱਚ ਉਹ ਅੱਲਾਹ ਦੀ ਮਖਲੂਕ ਖਾਵੇ ਉਸ ਘਰ ਵਿੱਚ ਬੇਬਰਕਤੀ ਆ ਸਕਦੀ? ਬੋਲੋ, ਬੇਬਰਕਤੀ ਆ ਸਕਦੀ? ਨਹੀਂ। ਚੂੰਟੀਆਂ ਨੇ ਉਹਨਾਂ ਨੂੰ, ਇਹ ਅੱਲਾਹ ਵਾਲਿਆਂ ਨੂੰ ਪੁੱਛੋ ਵੀ ਇਹ ਕੀੜੀਆਂ ਦਾ ਕੀ ਮਕਾਮ ਹੈ। ਕਿਸੇ ਫਕੀਰ ਨੂੰ ਪੁੱਛੋ ਕਿ ਇਹ ਕੀੜੀਆਂ ਦਾ ਕੀ ਮਕਾਮ ਹੈ, ਫਿਰ ਤੁਹਾਨੂੰ ਦੱਸੇ ਕਿ ਅਗਲੇ ਉਹਨਾਂ ਦੀ ਕਿੰਨੀ ਖਿਦਮਤ ਕਰਦੇ ਨੇ। ਕੋਈ ਮਿੱਠੀ ਚੀਜ਼ ਪਕਾ ਕੇ ਜਾਂ ਵੈਸੇ ਵੀ ਵੇਖੋ ਨਾ, ਇਹ ਘਰ ਮਹਿਮਾਨ ਆ ਜਾਏ ਤਾਂ ਅਸੀਂ ਕਿੰਨੀ ਉਹਦੀ ਖਿਦਮਤ ਕਰਦੇ ਹਾਂ, ਕਰਦੇ ਕਿ ਨਹੀਂ? ਇਹ ਵੀ ਤੁਹਾਡੇ ਘਰ ਮਹਿਮਾਨ ਨੇ। ਸੋਚੋ ਜ਼ਰਾ, ਜ਼ਰਾ ਬਰੀਕ ਜ਼ੇਨ ਕਰਕੇ ਨਾ, ਇਹ ਤੁਹਾਡੇ ਘਰ ਵੀ ਮਹਿਮਾਨ ਆਏ ਨੇ। ਅਗਰ ਇਹਨਾਂ ਦੀ ਇੱਜ਼ਤ ਤਕਰੀਮ ਕਰੋਗੇ, ਇਹਨਾਂ ਦਾ ਅੱਛਾ ਖਾਣਾ ਦਿਓਗੇ, ਅੱਲਾਹ ਇਹਨਾਂ ਦਾ ਸਦਕਾ ਤੁਹਾਡੀ ਰੋਜ਼ੀ ਵਿੱਚ ਬਰਕਤ ਪਾ ਛੱਡੇਗਾ। ਉਹਨੇ ਸਾਰੀਆਂ ਚੂੰਟੀਆਂ ਨੂੰ ਜਲਾਇਆ, ਪੂਰਾ ਘਰ ਜਲਾ ਦਿੱਤਾ ਉਹਨਾਂ ਦਾ, ਪੂਰਾ ਖਾਨਦਾਨ ਹੀ ਤਬਾਹ ਕਰ ਛੱਡਿਆ, ਅੱਗ ਲਾ ਛੱਡੀ। ਅੱਲਾਹ ਨੇ ਉਸ ਬੰਦੇ 'ਤੇ ਅਜ਼ਾਬ ਨਾਜ਼ਲ ਕੀਤਾ। ਵਜ੍ਹਾ ਕੀ ਬਣੀ? ਅੱਲਾਹ ਨੇ ਫਰਮਾਇਆ, ਇਹਨੇ ਮੇਰੀ ਮਖਲੂਕ ਨਾਲ ਜ਼ਿਆਦਤੀ ਕੀਤੀ। ਇਹਨੇ ਕੀੜੀਆਂ ਨੂੰ ਕਿਉਂ ਜਲਾਇਆ? ਇੱਕ ਕੀੜੇ ਨੇ ਇਹਨੂੰ ਨੁਕਸਾਨ ਦਿੱਤਾ, ਸਾਰਿਆਂ 'ਤੇ ਨਹੀਂ ਦਿੱਤਾ। ਹੁਣ ਇੱਕ ਬੰਦਾ ਗਲਤ ਕੰਮ ਕਰੇ, ਸਜ਼ਾ ਸਾਰਿਆਂ ਨੂੰ ਤਾਂ ਨਹੀਂ ਹੋਣੀ ਚਾਹੀਦੀ? ਕਿਉਂ ਹੋਣੀ ਚਾਹੀਦੀ? ਜਿਸ ਬੰਦੇ ਨੇ ਗਲਤ ਕੰਮ ਕੀਤਾ, ਸਜ਼ਾ ਉਹਨੂੰ ਹੋਣੀ ਚਾਹੀਦੀ ਹੈ। ਇਸ ਵਾਸਤੇ ਇਹ ਕੀੜੀਆਂ ਨਾਲ, ਛੋਟੀ ਛੋਟੀ ਮਖਲੂਕ ਹੈ, ਇਹਨਾਂ ਨਾਲ ਮੁਹੱਬਤ ਕਰਿਆ ਕਰੋ, ਫਿਰ ਬੰਦੇ ਦੇ ਰਿਜ਼ਕ ਵਿੱਚ ਬਰਕਤ ਆਉਂਦੀ, ਬੰਦੇ ਦਾ ਜ਼ਿਹਨ ਸਾਫ਼ ਹੁੰਦਾ, ਬੰਦੇ ਦਾ ਦਿਲ ਸਾਫ਼ ਹੁੰਦਾ,
ਇਹ ਕੀੜੇ ਤੁਸੀਂ ਵੇਂਦੇ ਹੋ ਨਾ ਕਾਲੇ, ਉਹਨਾਂ ਥੋੜ੍ਹੇ ਥੋੜ੍ਹੇ ਟੁਕੜੇ ਕਰਕੇ ਜਾਂ ਚੀਨੀ ਜਾਂ ਚਾਵਲ ਉਹਨਾਂ ਦੇ ਅੱਗੇ ਸੁੱਟ ਦਿਓ, ਹੋ ਸਕਦਾ ਇਸ ਅਦਾ ਦੀ ਵਜ੍ਹਾ ਤੋਂ ਅੱਲਾਹ ਤੁਹਾਡੇ ਰਿਜ਼ਕ ਵਿੱਚ ਕਿੰਨੀ ਬਰਕਤ ਪਾ ਛੱਡੇ। ਇਸ ਵਾਸਤੇ ਕੀੜੀਆਂ ਨੂੰ ਨਹੀਂ ਮਾਰਨਾ ਚਾਹੀਦਾ, ਆਪਣੀ ਔਲਾਦ ਨੂੰ ਇਹ ਸਮਝਾਓ, ਬੱਚਿਆਂ ਨੂੰ ਸਮਝਾਓ, ਬੱਚਿਆਂ ਵੀ ਮਾਰ ਦੇਣਾ, ਇਹ ਕੀੜੀ ਨਹੀਂ ਪੁੱਤਰ ਮਾਰਨਾ ਚਾਹੀਦਾ, ਕਿਉਂਕਿ ਇਹ ਕਿਹੜੀ ਕਿਸੇ ਨੂੰ ਨੁਕਸਾਨ ਵੀ ਪਹੁੰਚਾਉਂਦੀ ਹੈ, ਪਹੁੰਚਾਉਂਦੀ ਕੋਈ ਕੀੜੀ ਨੁਕਸਾਨ, ਉਹਨੇ ਵਿਚਾਰੀ ਨੇ ਕੀ ਨੁਕਸਾਨ ਪਹੁੰਚਾਉਣਾ। ਅਤੇ ਇਹਦੀ ਬੜੀ ਸ਼ਾਨ ਜੇ ਕੁਰਾਨ ਪਾਕ ਵਿੱਚ ਜ਼ਿਕਰ ਆਇਆ ਕੀੜੀ ਦਾ, ਅਤੇ ਪੂਰੀ ਸੂਰਤ ਦਾ ਨਾਂ ਰੱਖਿਆ ਗਿਆ ਸੂਰਤ ਨਮਲ। ਇਸ ਵਾਸਤੇ ਇਹਦੀ ਖਿਦਮਤ ਕਰੋਗੇ ਤਾਂ ਅੱਲਾਹ ਤੁਹਾਨੂੰ ਕਦੀ ਕਮੀ ਨਹੀਂ ਹੋਣ ਦੇਵੇਗਾ, ਰਿਜ਼ਕ ਵਿੱਚ ਕਮੀ ਨਹੀਂ ਹੋਣ ਦੇਵੇਗਾ।